ਸੇਵਕਾਂ ਦਾ 3 ਸਾਲ ਦਾ ਗਰੁੱਪ ਆਇਆ ਹੁੰਦਾ ਸੀ ਤੋ ਉਸ ਗਰੁੱਪ ਦੇ ਵਿੱਚ 1980 ਚ ਜੁਆਇਨ ਕੀਤਾ ਸੀ ਤੋ ਸਾਡੇ ਨਾਲ ਡਿਗਰੀ ਕੀਤੀ ਇਹਨਾਂ ਨੇ ਇਹ ਪਿਛਲੇ ਹਫ਼ਤੇ ਜਿੱਥੇ ਪੱਕੇ ਹੋ ਕੇ ਆਏ ਨੇ ਇਹ ਬੱਚੇ ਇਹਨਾਂ ਦੇ ਪਹਿਲਾਂ ਬ੍ਰਿਸਬੇਨ ਸੀਗੇ ਤੋ ਬ੍ਰਿਸਬੇਨ ਉਹਨਾਂ ਪੜ੍ਹਾ ਕੇ ਪਰਸੋਂ ਇਹਨਾਂ ਨੇ ਪਤਾਲਾ ਕੀਤਾ ਸੀ ਤੇ ਅੱਜ ਕੁਦਰਤੀ ਸਾਰੇ ਪੀਏਯੂ ਵਾਲਿਆਂ ਨਾਲ ਮੈਂ ਹੋ ਗਿਆ ਆਓ ਸਵਾਗਤ ਕਰੀਏ ਬਲਦੇਵ ਸਰ ਦੀ मेरा लड़का जो सत्त इतने आ गया ਉਹਨੇ ਆਣ ਕੇ ਇੱਥੇ ਡਿਗਰੀ ਕਰ ਲਈ ਬੀ ਐੱਸ ਸੀ ਨਰਸਿੰਗ ਫਿਰ ਐੱਮ ਬੀ ਏ ਕਰ ਗਿਆ ਉਹ ਹੁਣ ਐਵੇਂ ਬ੍ਰਿਸਬੇਨ ਆ ਅਤੇ ਮੈਂ ਉਹਨੇ ਹਲੋ ਲਾਈਕ ਕੀਤਾ ਮੈਂ ਮੈਡਮ ਅਤੇ ਇੱਕ ਛੋਟਾ ਪੁੱਤਰ ਉਹ ਵੀ ਜਿੰਨੇ ਨਹੀਂ ਇੱਥੇ ਆ ਗਏ ਦੱਸ ਇਹ ਮੇਰਾ ਭਾਜੀ ਲਓ ਜੀ ਕਿਸ ਤਰ੍ਹਾਂ ਮੇਲੇ ਹੁੰਦੇ ਨੇ ਆ ਕੇ ਕਿੱਥੇ ਅਤੇ ਹੁਣ ਅਖੀਰਲੇ ਪੜਾਅ ਮੈਂ ਵੱਧ ਰਿਹਾ ਅੱਜ ਦਾ ਬਾਰਬੀਕਿਊ ਗ੍ਰਸਤੀ ਵਾਲੀ ਲਾਸਟ ਆਈਟਮ ਅਤੇ ਉਸ ਤੋਂ ਬਾਅਦ ਇੱਕ ਬਰੀਫ ਜੀ ਮੀਟਿੰਗ ਅਗਲੀ ਮੀਟਿੰਗ ਆਪਾਂ ਕਿੱਥੇ ਕਰਨੀ ਹੈ ਕਿਹਨੇ ਕਰਨੀ ਹੈ ਉਸ ਤੋਂ ਪਹਿਲਾਂ ਇੱਕ ਥੋੜ੍ਹਾ ਜਿਹਾ ਭੱਖਦਾ ਮਸਲਾ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਕੁਛ ਈਮੇਲਾਂ ਆਈਆਂ ਹੋਣ ਕੁਛ ਖੜਾ ਤਾਂ ਸਾਰਿਆਂ ਨੂੰ ਈਮੇਲਾਂ ਜੀ ਆ ਰਹੀਆਂ ਨੇ ਉਹਦੇ ਬਾਰੇ ਕੁਛ ਨਾ ਕੁਛ ਸੋਚੋ ਵੀ ਆਪਾਂ ਨੂੰ ਕਿਵੇਂ ਕੰਟਰੋਲ ਕਰਨਾ ਅਤੇ ਉਹਦੇ ਵਾਸਤੇ ਥੋੜ੍ਹਾ ਮੀਟਿੰਗ ਦੇ ਵਿੱਚ ਸੁਜੈਸ਼ਨ ਦਿਓ ਕੋਈ ਰਵੇ ਅਤੇ ਹੁਣ ਲਾਸਟ ਆਈਟਮ ਜਿਹੜੀ ਅੱਜ ਦਾ ਡਰੋ ਫਾਈਨਲ ਡਰੋ ਟਿਕਟਾਂ ਕੱਢ ਲਓ ਆਪਣੀਆਂ ਦਵਿੰਦਰ ਸਿੰਘ ਜੀ ਕੱਢੋ ਟਿਕਟ ਹਾਂਜੀ ਰੰਗ ਪਰਪਲ ਹੀ ਹੈ ਅਤੇ ਅੱਗੇ ਵੀ ਸੀ ਹੈ ਉਸ ਤੋਂ ਬਾਅਦ 8 ਹੈ 81 ਲਾਸਟ ਟਿਕਟ ਦਾ ਨੰਬਰ ਆ ਜੀ ਜਿਹਨੇ ਕਈ ਸਾਰੀਆਂ ਖਰੀਦੀਆਂ ਨੇ ਵਿੱਚ ਇੱਕ ਅੱਧੀ ਹੋਣੀ ਆ ਲਾਸਟ ਟਿਕਟ ਦਾ ਨੰਬਰ ਆ ਜਾਵੇ C81 ਮੈਂ ਸਿੱਧਾ ਪੜ੍ਹ ਰਿਹਾ ਪੁੱਠਾ ਨਹੀਂ ਪੜ੍ਹ ਰਿਹਾ